ਕੱਲ ਭਾਈ ਪੰਡ ਜੀ ਸਾਡੇ ਕੋਲ ਇੱਥੇ ਆਏ ਹੋਏ ਸੀ, ਕੱਲ ਗੁਰਿੰਦਰਪਾਲ ਸਿੰਘ ਹੋਣੀ ਸਾਰੇ, ਤੇ ਗੱਲ ਕਰਦਿਆਂ ਕਰਦਿਆਂ ਇਹਨਾਂ ਨੇ ਦੱਸਿਆ ਐਵਰੇਜ ਹੈ ਜੀ ਅੱਜ ਦੇ ਸਮੇਂ ਵਿੱਚ ਘੱਟ ਤੋਂ ਘੱਟ 20 ਨੌਜਵਾਨਾਂ ਦੇ ਸਿਵੇ ਇੱਕ ਦਿਨ ਵਿੱਚ ਪੰਜਾਬ ਵਿੱਚ ਬਲਦੇ ਨੇ, 20 ਨੌਜਵਾਨਾਂ ਦੇ ਨਸ਼ੇ ਨਾਲ ਮਰ ਗਏ ਜਿਹੜੇ ਪੰਜਾਬ ਦੇ ਵਿੱਚ 20 ਸਿਵੇ। ਜਦੋਂ ਸਮਾਂ ਸਿੰਘਾਂ ਦਾ ਆਇਆ ਸੀ ਨਾ, ਸਿੰਘਾਂ ਦਾ ਸਮਾਂ ਸੀ ਤੇ ਇੰਨੇ ਤੇ ਉਦੋਂ ਵੀ ਨਹੀਂ ਸੀ ਸ਼ਹੀਦ ਹੁੰਦੇ, ਇੰਨੇ ਇੱਕ ਇੱਕ ਦਿਨ ਚ 20-20 ਉਹ ਵੀ ਰਿਪੋਰਟਾਂ ਗੁਪਤ ਹੁੰਦੀਆਂ ਸੀ, ਅੱਜ ਦੀਆਂ ਰਿਪੋਰਟਾਂ ਵੀ ਗੁਪਤ ਨੇ। 600 ਨੌਜਵਾਨ ਇੱਕ ਮਹੀਨੇ ਦਾ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਚੱਲ ਰਿਹਾ। ਦੁਆਬੇ ਵਿੱਚ ਚਲੇ ਜਾਓ, ਤੁਹਾਨੂੰ 10-15 ਪਿੰਡਾਂ ਵਿੱਚੋਂ ਜ਼ਰੂਰ ਇੱਕ ਨਾ ਇੱਕ ਬੰਦਾ ਇੱਦਾਂ ਦਾ ਮਿਲੇਗਾ, ਸੰਸਕਾਰ ਹੋ ਰਿਹਾ, ਨਸ਼ੇ ਖੜ ਕੇ ਮਰਿਆ। ਫਿਰ 15 ਪਿੰਡਾਂ 'ਚੋਂ ਇੱਕ, ਫਿਰ 20 ਪਿੰਡਾਂ 'ਚੋਂ ਇੱਕ। 19 ਦੀ ਐਵਰੇਜ ਹੈ, ਤਲਾਕ ਰੋਜ਼ ਹੁੰਦੇ ਨੇ, 19 ਤਲਾਕ ਰੋਜ਼ ਹੁੰਦੇ ਨੇ। 19 ਤਲਾਕਾਂ ਵਿੱਚੋਂ 15 ਤਲਾਕ ਉਹ ਨੇ ਜਿਹੜੇ ਡਰੱਗ ਕਰਕੇ ਹੋਏ ਨੇ, ਨਸ਼ੇ ਕਰਕੇ ਹੋਏ ਨੇ। ਕਿਵੇਂ ਪੰਜਾਬ ਨੂੰ ਘੁਣ ਵਾਂਗੂ ਖਾ ਰਿਹਾ ਨਸ਼ਾ, ਕਿੱਡੀ ਬਰਬਾਦੀ ਹੋ ਰਹੀ ਹੈ ਸਾਡੀ, ਕੌਣ ਸੋਚੇਗਾ। ਤੇ ਜੇ ਅਸੀਂ ਕਹੀਏ ਨਾ ਵੀ ਸਰਕਾਰਾਂ ਨਹੀਂ ਕਰ ਸਕਦੀਆਂ, ਸਰਕਾਰਾਂ ਦੇ ਹੱਥ ਬਸ ਨਹੀਂ, ਜਦੋਂ ਵੋਟਾਂ ਦਾ ਦਿਨ ਚੱਲਦੇ ਨੇ ਨਾ ਉਦੋਂ ਤੁਹਾਨੂੰ ਪਤਾ ਉਹ ਚੋਣ ਜਾਬਤਾ, ਸ਼ਾਬਾਸ਼, ਚੋਣ ਜਾਬਤਾ ਲੱਗ ਜਾਂਦਾ ਹੈ। ਮਾਫ ਕਰਨਾ ਕਈ ਵਾਰੀ ਉਹ ਗੱਲ ਦਿਮਾਗ 'ਚ ਨਹੀਂ, ਚੋਣ ਜਾਬਤਾ ਜਦੋਂ ਲੱਗਿਆ ਹੋਵੇ ਫਿਰ 1 ਲੱਖ ਰੁਪਈਆ ਲੈ ਕੇ ਬੰਦਾ ਰੋਡ 'ਤੇ ਨਹੀਂ ਲੰਘ ਸਕਦਾ, ਪਤਾ ਕਿੰਨਾ ਪੈਸਾ ਫੜਦੇ ਨੇ। ਫਿਰ ਚੋਣ ਜਾਬਤੇ ਵਿੱਚ ਇੰਨੀ ਸਖਤੀ ਹੁੰਦੀ ਹੈ, ਇੰਨੀ ਸਖਤੀ ਕਿ ਚਿੜੀ ਦੀ ਫਰਕ ਸਕਦੀ। ਇਹੀ ਪੰਜਾਬ ਹੈ, ਅਸੀਂ ਗੱਡੀਆਂ ਲੈ ਕੇ ਲੰਘਦੇ ਹਾਂ, ਤਲਾਸ਼ੀਆਂ ਲੈਂਦੇ ਨੇ, ਰੁਕੋ ਗੱਡੀਆਂ ਦੀ ਤਲਾਸ਼ੀ ਲੈਣੀ ਹੈ, ਡਿੱਗੀ ਖੋਲੋ, ਟਾਕੀਆਂ ਖੋਲੋ, ਵਿੱਚ ਕੀ ਹੈ। ਜੇ ਚੋਣ ਜਾਬਤੇ ਵੇਲੇ ਇੰਨੀ ਸਖਤੀ ਕਰਕੇ ਇੰਨਾ ਡਰ ਜਾਂਦੇ ਨੇ ਸਾਰੇ ਲੋਕ ਵੀ ਬੜੀ ਚੈਕਿੰਗ ਹੈ, ਬੜੀ ਚੈਕਿੰਗ ਹੈ, ਤੇ ਚੋਣ ਜਾਬਤੇ ਤੋਂ ਬਾਅਦ ਵੀ ਤੇ ਹੋ ਹੀ ਸਕਦਾ ਹੈ ਸਭ, ਜੇ ਕਰਨ ਤੇ ਆਉਣ ਤੇ ਕੀ ਨਹੀਂ ਕਰ ਸਕਦੇ, ਜੇ ਕਰਨ ਤੇ ਆਉਣ ਨਾ ਮਨੋ ਤੇ ਸਭ ਕੁਝ ਹੋ ਸਕਦਾ ਹੈ। ਪਰ ਇਹਨਾਂ ਨੇ ਸਾਰਿਆਂ ਨੂੰ ਖੁਸ਼ ਰੱਖਣਾ ਹੁੰਦਾ ਨਾ। ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਆਏਗਾ, ਕੱਲ ਨੂੰ ਇਲੈਕਸ਼ਨ ਵਿੱਚ ਇਸ਼ਤਿਹਾਰ ਲੱਗਿਆ ਅਖਬਾਰ, ਸਾਰੇ ਪੰਜਾਬ ਦੇ ਠੇਕੇ ਬੰਦ ਰਹਿਣਗੇ, ਸਾਰੇ ਪੰਜਾਬ ਦੇ ਠੇਕੇ ਬੰਦ ਰਹਿਣਗੇ। ਅਗਲੀ ਲਾਈਨ ਵੀ ਲਿਖ ਦੇਣੀ ਚਾਹੀਦੀ ਹੈ, ਸਾਰੇ ਪੰਜਾਬ ਦੇ ਠੇਕੇ ਬੰਦ ਰਹਿਣਗੇ ਕਿਉਂਕਿ ਘਰੋ ਘਰੀ ਬੋਤਲਾਂ ਪਹੁੰਚਾਈਆਂ ਜਾਣਗੀਆਂ। ਨਾਲੇ ਪਾਗਲ ਹੈ ਕੋਈ ਵੋਟਾਂ ਵਾਲੇ ਦਿਨ ਠੇਕੇ ਤੇ ਮੁੱਲ ਲੈ ਕੇ ਪੀਏ, ਪਾਗਲ ਹੈ। ਅਗਲੀ ਲਾਈਨ ਵੀ ਲਿਖੋ, ਵਰਤਾਉਂਦੇ ਨੇ ਕਿ ਨਹੀਂ ਵਰਤਾਉਂਦੇ, ਫ੍ਰੀ ਨਸ਼ੇ ਚੱਲ ਰਹੇ ਨੇ, ਕਿਵੇਂ ਹੋਏਗਾ ਭਲਾ, ਕਿਵੇਂ ਪੰਜਾਬ ਨੂੰ ਤੁਸੀਂ ਬਚਾਓਗੇ। ਇਸ ਕਰਕੇ ਆਪਾਂ ਸਾਰੇ ਸਿਆਣੇ ਬਣੋ, ਸਾਰੇ ਜਾਗੋ, ਸਾਰੇ। ਵੈਸੇ ਤੇ ਸਰਕਾਰਾਂ ਲਿਸਟਾਂ ਤੁਹਾਡੀਆਂ ਵੀ ਬਣਾਉਂਦੀਆਂ ਨੇ, ਇੱਕ ਪਿੰਡ 'ਚ ਅੰਮ੍ਰਿਤਧਾਰੀ ਕਿੰਨੇ ਨੇ, ਹੁਣ ਲਿਸਟਾਂ ਫੇਰ ਲੱਗ ਪਏ ਨੇ ਬਣਾਉਣ। ਇੱਕ ਪਿੰਡ 'ਚ ਦਮਾਲਿਆਂ ਵਾਲੇ ਕਿੰਨੇ ਨੇ, ਇੱਕ ਪਿੰਡ 'ਚ ਚੋਲਿਆਂ ਵਾਲੇ ਕਿੰਨੇ ਨੇ, ਇੱਕ ਪਿੰਡ 'ਚ ਦਸਤਾਰਾਂ ਵਾਲੇ ਕਿੰਨੇ ਨੇ, ਇੱਕ ਪਿੰਡ 'ਚ ਗਾਤਰਿਆਂ ਵਾਲੇ ਕਿੰਨੇ ਨੇ, ਗਾਤਰੇ ਥੱਲਿਓਂ ਦੀ ਪਾਉਣ ਵਾਲੇ ਕਿੰਨੇ ਨੇ, ਉੱਪਰ ਦੀ ਪਾਉਣ ਵਾਲੇ ਕਿੰਨੇ ਨੇ। ਬਸ ਸੱਚੇ ਪਾਤਸ਼ਾਹ ਮਿਹਰ ਰੱਖਣ, ਆਪਣਿਆਂ ਦੀਆਂ ਨਜ਼ਰਾਂ ਫੇਰ ਨਾ ਲੱਗ ਜਾਣ। ਸੁਣਿਓ, ਆਪਣਿਆਂ ਦੀਆਂ ਨਜ਼ਰਾਂ, ਸੁਣੋ ਗੱਲ, ਇਹ ਆਪਣਿਆਂ ਦੀਆਂ ਹੀ ਨਜ਼ਰਾਂ ਲੱਗੀਆਂ ਸੀ ਉਦੋਂ, ਆਪਣਿਆਂ ਦੀਆਂ ਨਜ਼ਰਾਂ ਲੱਗੀਆਂ ਸੀ ਅੱਜ ਤੋਂ 25 ਸਾਲ ਪਹਿਲਾਂ। ਉਦੋਂ ਦੇ ਨੌਜਵਾਨ ਖਤਮ ਹੋ ਗਏ ਸੀ, ਪੰਜਾਬ ਖਤਮ ਹੋ ਗਿਆ ਸੀ, ਜਵਾਨੀ ਨਹੀਂ ਸੀ ਦਿਸਦੀ ਇੱਥੇ। ਪਰ ਹੁਣ ਦੁਬਾਰਾ ਇਹ ਸਾਡੇ ਨਿੱਕੇ ਨਿੱਕੇ ਉਸ ਵੇਲੇ ਬੱਚੇ ਸੀ ਜਿਹੜੇ ਅੱਜ ਜਵਾਨ ਹੋਏ ਨੇ। ਅਰਦਾਸ ਕਰਿਆ ਕਰੋ ਕਿ ਆਪਣੇ ਜਿਹੜੇ ਨੇ ਫਿਰ ਇਹਨਾਂ ਦੀ ਨਜ਼ਰੀ ਨਾ ਚੜ੍ਹਨ, ਆਪਣਿਆਂ ਦੀਆਂ ਨਜ਼ਰਾਂ ਲੱਗਦੀਆਂ ਨੇ, ਉਹ ਨਜ਼ਰਾਂ ਨਹੀਂ ਜਿਹੜੀਆਂ ਲੋਕੀ ਕਹਿੰਦੇ ਨੇ ਵੀ ਨਜ਼ਰ ਲੱਗ ਗਈ, ਉਹ ਨਹੀਂ ਨਜ਼ਰ ਇਹਨਾਂ ਨੂੰ ਹੁਣ ਚਮਕ, ਇਹਨਾਂ ਦੀ ਰੜਕਦੇ ਨੇ ਅੱਖਾਂ ਦੇ ਵਿੱਚ, ਤੁਹਾਡੇ ਦਮਾਲੇ ਦਸਤਾਰਾਂ ਰੜਕਦੇ ਨੇ।
ਜਦੋਂ ਫਿਰ ਅੱਖ ਨੂੰ ਰੜਕ ਪੈਂਦੀ ਹੈ ਨਾ ਫਿਰ ਅਗਲਾ ਅੱਖ 'ਚ ਦਵਾਈ ਵੀ ਪਾਉਂਦਾ ਹੈ। ਸਿੰਘੋ ਦਮਾਲੇ ਬੰਨਣੇ ਨੇ, ਦਸਤਾਰਾਂ ਬੰਨਣੀਆਂ ਨੇ, ਦਾੜੀਆਂ ਰੱਖਣੀਆਂ ਨੇ, ਕੇਸ ਰੱਖਣੇ ਨੇ, ਗਾਤਰੇ ਪਾਉਣੇ ਨੇ, ਪਰ ਖਿਆਲ ਦਵਾਈ ਦਾ ਵੀ ਰੱਖਿਓ, ਇਹ ਵੀ ਤਿਆਰੀ ਕਰਦੇ ਫਿਰਦੇ ਨੇ। ਬਹਾਨੇ ਬਣਾ ਬਣਾ ਕੇ ਕੇਸ ਪਾਉਂਦੇ ਨੇ, ਬਹਾਨੇ ਬਣਾ ਕੇ ਗ੍ਰਿਫਤਾਰ ਕਰਦੇ ਨੇ, ਬਹਾਨੇ ਬਣਾਉਂਦੇ ਨੇ, ਕੋਈ ਨਾ ਕੋਈ ਬਹਾਨਾ ਬਣੇ ਕਿਵੇਂ ਨਾ ਕਵੇਂ ਅਸੀਂ ਇਹਨਾਂ ਨੂੰ ਫਸਾਈਏ, ਫਿਰ ਉਵੇਂ ਹੀ ਚੱਲੇ ਕੰਮ। 10 ਇੱਥੋਂ ਫੜ ਲਏ, 5 ਉੱਥੋਂ ਫੜ ਲਏ, ਮੁੜ ਕੇ ਡਰਦਾ ਕੋਈ ਅਮਲ ਨਾ ਛਕੇ। ਪਰ ਇਹ ਭੁੱਲ ਜਾਂਦੇ ਨੇ, ਇਹ ਬੂਟੇ ਦੀਆਂ ਜੜ੍ਹਾਂ 'ਚ ਤੇਲ ਪਾਉਂਦੇ ਨੇ, ਸਿੱਖੀ ਦੀਆਂ ਜੜ੍ਹਾਂ 'ਚ ਤੇਲ ਪਾਉਂਦੇ ਆ, ਪਰ ਇਹ ਭੁੱਲ ਜਾਂਦੇ ਨੇ। ਓਏ ਗੁਰੂ ਨਾਨਕ ਦਾ ਲਾਇਆ ਬੂਟਾ ਹੈ, ਕਲਗੀ ਧਰ ਦੇ ਲਾਲਾਂ ਦਾ ਖੂਨ ਪਾ ਕੇ ਗੁਰੂ ਗੋਬਿੰਦ ਸਿੰਘ ਨੇ ਇਸ ਬੂਟੇ ਨੂੰ ਸਿੰਜਿਆ ਹੈ। ਤੁਹਾਡੀਆਂ ਦਵਾਈਆਂ ਪਾਉਣ ਨਾਲ ਕੁਛ ਨਹੀਂ ਹੋਣਾ, ਕਿੰਨੇ ਕੁ ਮਾਰ ਲਓਗੇ ਉਨੇ ਹੀ ਫੇਰ ਆ ਜਾਣਗੇ। ਮੈਂ ਸੁਣੋ, ਕਈ ਵਾਰੀ ਇਹ ਗੱਲ ਕਹੀ ਹੈ, ਮੈਂ ਪਿੱਛੇ ਜੇ ਅਮਰੀਕਾ ਗਿਆ, ਭਾਈ ਅਮਰੀਕ ਸਿੰਘ ਦਾ ਪੋਤਰਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀ ਨਾ ਭਾਈ ਅਮਰੀਕ ਸਿੰਘ, ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਬੜੇ ਨਿਕਟਵਰਤੀ ਸੱਜੀ ਬਾਂਹ ਭਾਈ ਅਮਰੀਕ ਸਿੰਘ ਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਾ ਪੋਤਰਾ ਟੋਰਾਂਟੋ 'ਚ ਰਹਿੰਦਾ, ਇੰਦਰਜੀਤ ਸਿੰਘ ਦਾ ਪੁੱਤਰ। ਇਹ ਕਹਿੰਦੇ ਅਸੀਂ ਖਤਮ ਕਰ ਦਿਆਂਗੇ, ਅਸੀਂ ਜੜ੍ਹਾਂ ਪੱਟ ਦਿਆਂਗੇ, ਅਸੀਂ ਐਂ ਕਰ ਦਿਆਂਗੇ। ਓਏ ਤੁਸੀਂ ਕੀ ਜੜ੍ਹਾਂ ਪੁੱਟੋਗੇ? ਇਹਨਾਂ ਦੀਆਂ ਜੜ੍ਹਾਂ ਤੇ ਅਮਰੀਕਾ ਕੈਨੇਡਾ 'ਚ ਲੱਗੀਆਂ ਹੋਈਆਂ ਨੇ, ਕੀ ਪੁੱਟੋਗੇ ਜੜ੍ਹਾਂ? ਉਹ ਨਿੱਕਾ ਜਿਹਾ ਪੋਤਰਾ, ਭਾਈ ਅਮਰੀਕ ਸਿੰਘ ਦਾ ਪੋਤਰਾ ਵੇਖ ਕੇ ਮੈਂ ਗੱਲ ਕਹੀ, ਮੈਂ ਕਿਹਾ ਜੜ੍ਹ ਤੇ ਫਿਰ ਲੱਗ ਗਈ, ਕਿੱਥੋਂ ਪੱਟ ਲਓਗੇ ਜੜ੍ਹਾਂ? ਸਿੰਘ ਇੱਦਾਂ ਦੇ ਹੁੰਦੇ ਸੀ ਗੁਰਮੁਖ ਪਹਿਲੇ ਸਮਿਆਂ, ਕਹਿੰਦੇ ਗੁਰਦੁਆਰੇ ਢਾਹ ਤੇ ਨਿਸ਼ਾਨ ਸਾਹਿਬ ਪੱਟਦੇ, ਸਿੰਘ ਪਤਾ ਕੀ ਕਰਦੇ ਸੀ? ਉਹਨਾਂ ਨੇ ਸਿਰਾਂ ਤੇ ਨਿਸ਼ਾਨ ਸਾਹਿਬ ਲਾ ਲਏ, ਦਮਾਲੇ, ਵੱਡੇ ਵੱਡੇ ਦਮਾਲੇ ਤੇ ਦਮਾਲਿਆਂ ਤੇ ਫਰ ਲਏ। ਉਹ ਕਹਿੰਦੇ ਉਹ ਨਿਸ਼ਾਨ ਸਾਹਿਬ ਤੇ ਪੁੱਟ ਦਿਓਗੇ, ਆ ਨਹੀਂ ਪੁੱਟ ਸਕਦੇ ਤੁਸੀਂ, ਇਹ ਸਿਰ ਤੇ ਲੈ ਸਕਦਾ ਹੈ, ਇਹ ਨਿਸ਼ਾਨ ਪੁੱਟਿਆ ਨਹੀਂ ਜਾਣਾ। ਇੱਦਾਂ ਦੇ ਸਿੱਖ ਸੀ, ਕਹਿੰਦੇ ਉਹ ਨਿਸ਼ਾਨ ਸਾਹਿਬ ਪੁੱਟੋਗੇ, ਆ ਅਸੀਂ ਸਿਰ ਤੇ ਲਾ ਲਏ, ਹੁਣ ਪੁੱਟੋ ਸਿਰ ਸਾਡੇ ਤੋਂ, ਇਹ ਸਿਰ ਵੱਢਿਆ ਜਾਏਗਾ। ਤੇ ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ ਨਾ, ਉਹ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ।